ਬਹੁਤ ਦੁੱਖ ਵੀ ਆ ਜੋ ਤੁਹਾਡੇ ਪਰਿਵਾਰ ਦੇ ਵਿੱਚ ਹੈਪਨਿੰਗ ਹੋਈ ਹੈ ਪਰ ਫੇਰ ਵੀ ਤੁਸੀਂ ਇੱਥੇ ਪਹੁੰਚੇ ਹੋ ਮੇਰਾ ਵੀਰ ਗਿਆ ਦੀਆਂ ਤੋਂ ਪਰ ਅੱਜ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਆਈ ਆ ਤਾਂ ਮੈਨੂੰ ਆਪਦਾ ਭਰਾਏ ਨਾਲ ਸਾਰਿਆਂ 'ਚ ਦਿਖਦਾ ਮੋਤੀ ਸਰਕਾਰ ਨੂੰ ਕਹਿ ਕੇ ਆਈ ਸੀ ਕਿ ਅਸੀਂ ਇਸ ਅੰਦੋਲਨ ਨੂੰ ਵਿਰਾਮ ਦੇ ਬਾਹਰ ਸਰਕਾਰ ਨੂੰ ਹੁਣਾ ਵੀ ਮਾਰਿਆ ਸਾਡੀਆਂ ਪੂਰੀਆਂ ਕਰੋ ਬੰਦਾ ਪਰ ਸਰਕਾਰ ਨੇ ਅੜੀ ਰੱਖੀ ਸੰਗਾ ਨਹੀਂ ਮੰਨਿਆ ਤਾਂ ਅੰਦੋਲਨ ਚੋਂ ਦਾ ਆਗਾਜ਼ ਹੋਇਆ ਤੇ ਹਜੇ ਵੀ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਅੜੀ ਹੋਈ ਆ ਸਰਕਾਰ ਬਾਰ 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 ਕਦੀ ਸਾਡੇ ਬੱਚਿਆਂ ਦੇ ਉੱਤੇ ਅੱਤੂ ਗੈਸ ਦੇ ਗੋਲੇ ਸੱਟਦੀ ਆ ਕਦੀ ਗੋਲੀਆਂ ਮਾਰਦੀ ਆ ਕਦੀ ਕੋ ਸਾਡਾ 200 ਤੋਂ ਜ਼ਿਆਦਾ ਜਿਹੜਾ ਨੌਜਵਾਨ ਉਹਨਾਂ ਦੇ ਸਿਰ ਫੱਟ ਚੁੱਕੇ ਆ ਇੰਨਾ ਜ਼ਿਆਦਾ ਕੀ ਮੰਗ ਰਹੇ ਅਸੀਂ ਅਸੀਂ ਤੁਹਾਨੂੰ ਰੋਟੀ ਖਵਾਉਣ ਆਲੇ ਆ ਪਰ ਤੁਹਾਨੂੰ ਲੱਗਦਾ ਕਿ ਉਧਰਲੇ ਪਾਸੇ ਉਹ ਸ਼ਾਂਤਮਈ ਹੈਗਾ ਸਰਕਾਰ ਦਾ ਰੱਬੀਆ ਕਿਉਂਕਿ ਇੱਥੇ ਪਾਸੇ ਮੀਟਿੰਗਾਂ ਹੋ ਰਹੀਆਂ ਨੇ ਪਰ ਜੇਕਰ ਮੈਂ ਇੱਥੇ 4 ਦਿਨਾਂ ਦੀ ਗੱਲ ਕਰਾਂ ਥਰੂ ਕਿਆਸ ਤੇ ਗੋਲੇ ਵੀ ਡਾਕੇ ਗਏ ਰਬੜ ਬੁਲੇਟ ਦਾ ਵੀ ਇਸਤੇਮਾਲ ਹੋਇਆ ਪਲਾਸਟਿਕ ਬੁਲੇਟ ਦਾ ਵੀ ਇਸਤੇਮਾਲ ਹੋਇਆ ਤੋਂ ਤੱਕ ਕਿ ਪੈਲੇਟ ਗੰਦਾ ਵੀ ਇਸਤੇਮਾਲ ਹੋਇਆ ਕਿਉਂਕਿ ਕਸ਼ਮੀਰੀਆਂ ਦੇ ਉੱਪਰ ਵਰਤੇ ਜਾਂਦੇ ਸੱਚੀ ਕਹਿੰਨੀ ਹੈ ਜਦੋਂ ਮੈਂ ਇੱਥੇ ਆਈ ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਕੁਝ ਹੋਗਾ ਸਿਰਫ ਟੀਵੀ ਤੇ ਦੇਖਿਆ ਸਾਰਾ ਕੁਝ ਇੱਥੇ ਆ ਕੇ ਜਦੋਂ ਤੁਸੀਂ ਢੇੜਾ ਕੱਟਦੇ ਹੈ ਨਾ ਪਤਾ ਕੀ ਲੱਗ ਰਿਹਾ ਜਿਵੇਂ ਇੰਡੀਆ ਕਮੇਟੀ ਦਾ ਕਿੰਨਾ ਕਿਤੇ ਵੀ ਫੇਰ ਜ਼ਿਕਰ ਹੋਇਆ ਤੁਹਾਨੂੰ ਲੱਗਦਾ ਕਿਉਂ ਭਰੋਸਾ ਕੀਤਾ ਜਾ ਸਕਦਾ ਕਿਉਂਕਿ ਕਮੇਟੀ ਦਾ ਜ਼ਿਕਰ ਤਾਂ 2020 ਦੇ ਵਿੱਚ ਵੀ ਹੋਇਆ ਸੀ ਕਿ ਕਮੇਟੀ ਬਣਾ ਦਿੰਦੇ ਆ ਕੁਝ ਸਰਕਾਰ ਦੇ ਨੁਮਾਇੰਦੇ ਹੋਣਗੇ ਤੇ ਕੁਝ ਕਿਸਾਨਾਂ ਤੇ ਬੰਦੀਆਂ ਦੇ ਨੁਮਾਇੰਦੇ ਹੋਣਗੇ ਜੋ ਸਾਡੇ ਕਿਸਾਨ ਆਖੂ ਕਹਿਣਗੇ ਜੋ ਸਾਡੇ ਅੱਗੇ ਲੱਗ ਕੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ ਸਾਰਿਆਂ ਨੂੰ ਹਨ ਅਸੀਂ ਉਹਨਾਂ ਦੀ ਮੰਨਣੀ ਅਸੀਂ ਸਰਕਾਰ ਦੀ ਕੋਈ ਨਹੀਂ ਸੁਣਦੇ ਤਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਉਨ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ ਤਾਂ ਸ਼ੰਭੂ ਬਾਰਡਰ ਤੇ ਲਗਾਤਾਰ ਮੌਜੂਦ ਹਾਂ ਤੁਹਾਨੂੰ ਦੱਸ ਰਿਹਾ ਕਿ ਕਿਸਾਨੀ ਅੰਦੋਲਨ ਦਾ ਜ ਚੌਥਾ ਦਿਨ ਹੈ ਅਤੇ ਦਿਨੋਂ ਦਿਨ ਜਿਹੜਾ ਕਾਫਲਾ ਕਿਸਾਨਾਂ ਦਾ ਇੱਥੇ ਵਧਦਾ ਜਾ ਰਿਹਾ ਪਰ ਦੂਜੇ ਪਾਸੇ ਸਰਕਾਰ ਦੇ ਨਾਲ ਵੀ ਕਿਸਾਨਾਂ ਦੀਆਂ ਮੀਟਿੰਗਾਂ ਦਾ ਦੌਰ ਜਿਹੜਾ ਲਗਾਤਾਰ ਜਾਰੀ ਹੈ ਬੀਤੇ ਰਾਤ ਦੀ ਗੱਲ ਕਰੀਏ ਤਾਂ 1:30 ਵਜੇ ਤੱਕ ਉਹ ਮੀਟਿੰਗ ਚੱਲੀ ਪਰ ਕਹਿ ਸਕਦੇ ਹਾਂ ਕਿ ਸਿੱਟਾ ਤਾਂ ਨਹੀਂ ਨਿਕਲਿਆ ਪਰ ਕਿਹਾ ਜਾ ਰਿਹਾ ਸੀ ਕਿ ਬਹੁਤ ਹੀ ਪੋਜ਼ੀਟਿਵ ਜਿਹੜੇ ਮਾਹੌਲ ਦੇ ਵਿੱਚ ਉਹ ਮੀਟਿੰਗ ਹੋਈ ਆ ਫਿਰ ਚਾਹੇ ਉਹ ਕੇਂਦਰੀ ਮੰਤਰੀਆਂ ਦੇ ਵੱਲੋਂ ਕਰੀ ਕਾਲ ਇੱਥੇ ਸ਼ੰਭੂ ਬਾਰਡਰ ਤੇ ਮੌਜੂਦ ਹਨ ਤੇ ਮੇਰੇ ਨਾਲ ਉਹ ਸ਼ਖਸ ਨੇ ਜੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਸੀ ਅਤੇ ਹੁਣ ਫੇਰ ਪਹੁੰਚੇ ਨੇ ਅਤੇ ਬੇਸ਼ੱਕ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਹੈਪਨਿੰਗ ਹੋਈ ਹੈ ਪਰ ਉਸ ਤੋਂ ਬਾਅਦ ਵੀ ਜਜ਼ਬਾ ਸੀ ਉਹਨਾਂ ਦਾ ਕਿ ਦੁਬਾਰਾ ਇੱਥੇ ਕਿਸਾਨੀ ਅੰਦੋਲਨ ਦੇ ਵਿੱਚ ਅਸ਼ਮੂਲੀਅਤ ਉਹਨਾਂ ਦੇ ਵੱਲੋਂ ਕੀਤੀ ਗਿਆ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਤਾਂ ਰਾਜਕੌਰ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਮ ਸਵਾਗਤ ਹੈ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਦੁੱਖ ਵੀ ਹੈ ਜੋ ਤੁਹਾਡੇ ਪਰਿਵਾਰ ਦੇ ਵਿੱਚ ਹੈਪਨਿੰਗ ਹੋਈ ਹੈ ਪਰ ਫੇਰ ਵੀ ਤੁਸੀਂ ਇੱਥੇ ਪਹੁੰਚੇ ਹੋ ਇਹੀ ਬਹੁਤ ਹੁੰਦਾ ਹੈ ਕਿ ਆਪਾਂ ਇਹ ਜੇ ਔਖੀ ਘੜੀ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਮੋਟੇ ਦੇ ਨਾਲ ਮੋਟਾ ਲਾ ਕੇ ਖੜੇ ਆ ਮੇਰਾ ਵੀਰ ਗਿਆ ਦੁਨੀਆ ਤੋਂ ਪਰ ਅੱਜ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਆਈ ਆ ਤਾਂ ਮੈਨੂੰ ਆਪਦਾ ਭਰਾ ਇਹਨਾਂ ਸਾਰਿਆਂ 'ਚ ਦਿਖਦਾ ਤੇ ਮੇਰੇ ਹੌਸਲੇ ਪੂਰੇ ਬਲੰਦ ਨੇ ਕੋਈ ਇਦਾਂ ਦੀ ਗੱਲ ਨਹੀਂ ਕਿ ਕੋਈ ਗੱਲ ਨਹੀਂ ਜਾਣਾ ਆਉਣਾ ਦੁਨੀਆ ਤੇ ਬਣਿਆ ਪਰ ਅਸੀਂ ਆਪਦੀ ਜਿਹੜੀ ਕਿਸਾਨੀ ਦੀ ਲੜਾਈ ਆ ਜਿਹੜੀ ਕਿ ਇਹ ਬਹੁਤ ਜ਼ਰੂਰੀ ਹੈ ਅਸੀਂ ਪਹਿਲਾਂ ਇਹਦੇ ਵਿੱਚ ਪੂਰਾ ਮਤਲਬ ਯੋਗਦਾਨ ਪਾਇਆ ਪਹਿਲਾਂ ਵੀ ਤੇ ਅਸੀਂ ਮੋਦੀ ਸਰਕਾਰ ਨੂੰ ਕਹਿ ਕੇ ਆਏ ਸੀ ਕਿ ਅਸੀਂ ਇਸ ਅੰਦੋਲਨ ਨੂੰ ਵਿਰਾਮ ਦੇਣ ਆਏ ਹਾਂ ਸਿਰਫ ਅਸੀਂ ਪਿਛਲੀ ਵਾਰੀ ਵੀ ਜਦੋਂ ਉੱਠ ਕੇ ਆਏ ਸੀ ਤਾਂ ਅਸੀਂ ਵਿਰਾਮ ਦਿੱਤਾ ਸੀ ਅਸੀਂ ਪੌਣੇ 3 ਸਾਲ ਦੀ ਵੇਟ ਕੀਤੀ ਸਰਕਾਰ ਦੀ ਕੇ ਵਾਰ-ਵਾਰ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਰਹੀਆਂ ਕਿ ਸਾਡੇ ਜਿਹੜੇ ਅਸੀਂ ਮੰਗਾ ਰੱਖਿਆ ਸੀ ਪੂਰੀਆਂ ਕਰੋ ਬਾਰ-ਬਾਰ ਸਰਕਾਰ ਨੂੰ ਹਲੂਣਾ ਵੀ ਮਾਰਿਆ ਸਾਡੀਆਂ ਪੂਰੀਆਂ ਕਰੋ ਮੰਗਾ ਪਰ ਸਰਕਾਰ ਨੇ ਅੜੀ ਰੱਖੀ ਮੰਗਾ ਨਹੀਂ ਮੰਨੀਆਂ ਤਾਂ ਅੰਦੋਲਨ 2 ਦਾ ਆਗਾਜ਼ ਹੋਇਆ ਤੇ ਹਜੇ ਵੀ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਅੜੀ ਹੋਈ ਆ ਮੰਗਾ ਮੰਨ ਨਹੀਂ ਰਹੀ ਪਰ ਇਸ ਵਾਰੀ ਪ੍ਰਸ਼ਾਸਨ ਦੀ ਵੀ ਫੁੱਲ ਤਿਆਰੀ ਆ ਤੇ ਤਿਆਰੀ ਐ ਕਿ ਸਾਡੀ ਵੀ ਫੋਲੀ ਆ ਕੋਈ ਇਹ ਨਹੀਂ ਕਿ ਅਸੀਂ ਦਬਣਾ ਨਹੀਂ ਕਿਸੇ ਕੀਮਤ ਤੇ ਵੀ ਤੇ ਪਰ ਜੋ ਜਥੇਬੰਦੀਆਂ ਦਾ ਹੁਕਮ ਹੋਊਗਾ ਅਸੀਂ ਜਥੇਬੰਦੀਆਂ ਦੀ ਹੁਕਮ ਦੀ ਪਾਲਣਾ ਕਰਦੇ ਆ ਕਿਉਂਕਿ ਅਸੀਂ ਇੱਥੇ ਸਾਰੇ ਇਕੱਠੇ ਹੋ ਕੇ ਆਏ ਆ ਜਿਹੜੀ ਲੜਾਈ ਲੜਨ ਆਏ ਆ ਨਾ ਅਸੀਂ ਅਸੀਂ ਆਪਦੀ ਅਸਲਾ ਨਸਲਾਂ ਫਸਲਾਂ ਦੀ ਲੜਾਈ ਲੜਨ ਆਏ ਆ ਤੇ ਅਸੀਂ ਚਾਹੁੰਦੇ ਆ ਸ਼ਾਂਤਮਈ ਤੇ ਪਰ ਸਰਕਾਰ بار 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 ਕਦੀ ਸਾਡੇ ਬੱਚਿਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟਦੀ ਹੈ ਕਦੀ ਗੋਲੀਆਂ ਮਾਰਦੀ ਹੈ ਕਦੀ ਕੁਛ ਸਾਡੇ 200 ਤੋਂ ਜ਼ਿਆਦਾ ਜਿਹੜਾ ਨੌਜਵਾਨ ਆ ਉਹਨਾਂ ਦੇ ਸਿਰ ਫੱਟ ਚੁੱਕੇ ਆ ਇੰਨਾ ਜ਼ਿਆਦਾ ਕੀ ਮੰਗ ਰਹੇ ਅਸੀਂ ਅਸੀਂ ਤੁਹਾਨੂੰ ਰੋਟੀ ਖਵਾਉਣ ਆਲੇ ਆ ਸਾਡਾ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਤੇ ਬੈਠਾ ਜਿਹਦੀ ਰੋਟੀ ਖਾ ਕੇ ਤੁਸੀਂ ਵੀ ਘਰੇ ਸੌਣੇ ਆ ਸਾਰੇ ਬੀਜੇਪੀ ਵਾਲਿਓ ਤੇ ਅੱਜ ਦੇਸ਼ ਦਾ ਅੰਨਦਾਤਾ ਥੋੜੇ ਤੋਂ ਇੱਕੋ ਚੀਜ਼ ਮੰਗ ਰਿਹਾ ਐ ਐਮਐਸਪੀ ਸੁਆਮੀ ਨਾਥਨ ਰਿਪੋਰਟ ਕਰਜ਼ਾ ਮਾਫੀ ਕੀ ਮੰਗ ਰਹੇ ਆ ਸਾਡੀਆਂ ਫਸਲਾਂ ਜਿਹੜੀਆਂ ਹੈਗੀਆਂ ਅਸੀਂ ਵੀ ਤਾਂ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਆ ਤੇ ਸਾਡੀ ਹੱਕਾਂ ਦੀ ਲੜਾਈ ਲੜਨਾ ਆ ਤੇ ਅੱਜ ਜਿਹੜੇ ਬੀਜਪੀ ਵਾਲੇ ਆ ਤੁਸੀਂ ਦੇਖੋ ਕੀ ਸਰਕਾਰ ਦਾ ਆਰਡਰ ਹਰਿਆਣਾ ਸਰਕਾਰ ਦਾ ਤਾਂ ਮਤਲਬ ਹੀ ਨਹੀਂ ਸਾਨੂੰ ਰੋਕਣ ਦਾ ਬਿਲਕੁਲ ਤੁਸੀਂ ਜ਼ਿਕਰ ਵੀ ਕੀਤਾ ਕਿ ਤਾਂ ਕਿ ਸ਼ਾਂਤਮਈ ਜਿਹੜਾ ਸਾਡਾ ਇੱਥੇ ਪ੍ਰਦਰਸ਼ਨ ਹੋਊਗਾ ਧਰਨਾ ਰਹੂਗਾ ਪਰ ਤੁਹਾਨੂੰ ਲੱਗਦਾ ਹੈ ਕਿ ਉਧਰਲੇ ਪਾਸੇੋਂ ਸ਼ਾਂਤਮਈ ਹੈਗਾ ਸਰਕਾਰ ਦਾ ਰਵਈਆ ਕਿਉਂਕਿ ਇੱਕ ਪਾਸੇ ਮੀਟਿੰਗਾਂ ਹੋ ਰਹੀਆਂ ਨੇ ਪਰ ਜੇਕਰ ਮੈਂ ਇੱਥੇ 4 ਦਿਨਾਂ ਦੀ ਗੱਲ ਕਰਾਂ ਅਥਰੂ ਗਿਆਸ ਤੇ ਗੋਲੇ ਵੀ ਦਾਗੇ ਗਏ ਰਬੜ ਬੁਲੇਟ ਦਾ ਵੀ ਇਸਤੇਮਾਲ ਹੋਇਆ ਪਲਾਸਟਿਕ ਬੁਲੇਟ ਦਾ ਵੀ ਇਸਤੇਮਾਲ ਹੋਇਆ ਇੱਥੋਂ ਤੱਕ ਕਿ ਪੈਲੇਟ ਗੰਦਾ ਵੀ ਇਸਤੇਮਾਲ ਹੋਇਆ ਜੋ ਕਿ ਕਸ਼ਮੀਰੀਆਂ ਦੇ ਉੱਪਰ ਵਰਤੇ ਜਾਂਦੇ ਐ ਐਕਸਪਾਇਰੀ ਸੀ ਮੇਰੇ ਪਾਸਟਾ ਖੈਰ ਮੇਰੇ ਹੱਥ ਚ ਨਹੀਂ ਹੈਗਾ ਐਕਸਪਾਇਰੀ ਬੰਮਸ ਵੀ ਹੈ ਇੱਥੇ ਮਤਲਬ ਇਹਨੂੰ ਐ ਨਹੀਂ ਸਮਝ ਆਉਂਦੀ ਸੱਚੀ ਕਹਿੰਨੀ ਆ ਜਦੋਂ ਮੈਂ ਇੱਥੇ ਆਈ ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਕੁਝ ਹੋਗਾ ਸਿਰ ਟੀਵੀ ਤੇ ਦੇਖਿਆ ਸਾਰਾ ਕੁਝ ਇੱਥੇ ਆ ਕੇ ਜਦੋਂ ਤੁਸੀਂ ਗੇੜਾ ਕੱਢਦੇ ਹੈ ਨਾ ਪਤਾ ਕੀ ਲੱਗ ਰਿਹਾ ਜਿਵੇਂ ਇੰਡੀਆ ਦੇ ਵਿੱਚ ਹੀ ਚਾਈਨਾ ਪਾਕਿਸਤਾਨ ਬਾਰਡਰ ਬਣਾਤਾ ਮੋਦੀ ਸਰਕਾਰ ਨੇ ਐ ਦੇਖ ਕੇ ਇਦਾਂ ਹੀ ਲੱਗ ਰਿਹਾ ਇਸ ਜਗ੍ਹਾ ਨੂੰ ਔਰ ਜਿਹੜਾ ਵੀ ਇੱਥੇ ਬੰਦਾ ਆ ਰਿਹਾ ਉਹੀ ਦੇਖ ਕੇ ਗੱਲ ਕਹਿ ਰਿਹਾ ਕਿ ਸੱਚੀ ਇੰਡੀਆ ਦੇ ਵਿੱਚ ਪਾਕਿਸਤਾਨ ਚਾਈਨਾ ਬਾਰਡਰ ਬਣਾਤਾ ਉਧਰ ਉਹ ਗੋਲੇ ਸੱਟ ਰਿਹਾ ਸਾਡੇ ਲੋਕ ਨੇ ਹੱਥੇ ਆ ਸਾਡੇ ਕੋਲੇ ਕਿਸਾਨੀ ਦੇ ਝੰਡੇ ਆ ਡੰਡੇ ਦੇ ਵਿੱਚ ਝੰਡਾ ਸਾਡੇ ਕੋਲੇ ਕੀ ਆ ਅਸੀਂ ਤਾਂ ਨੇ ਹੱਥੇ ਲੋਕ ਅਸੀਂ ਤਾਂ ਆਦੀਆ ਮੰਗਾ ਮੰਨਣ ਆਏ ਆ ਬਸ ਕੀ ਸਾਡੀਆਂ ਮੰਗਾ ਮੰਨੋ ਅਸੀਂ ਆਪਦੇ ਘਰੇ ਜਾਈਏ ਪਰ ਸਰਕਾਰ ਆ ਜਿਹੜੀ ਉਹ ਆਪਦੀ ਅੜੀ ਤੇ ਅੜੀ ਹੋਈ ਸਾਡੀਆਂ ਕੋਸ਼ ਮੰਗਾ ਕਹਿੰਦੇ ਆ ਰਾਤ ਪੋਜ਼ਿਟਿਵ ਗੱਲ ਹੋਈ ਆ ਮੈਂ ਤਾਂ ਆਪ ਸਰਕਾਰ ਨੂੰ ਇੱਕ ਬੇਨਤੀ ਕਰੂੰਗੀ ਕਿ ਸਾਡੀਆਂ ਜਿਹੜੀਆਂ ਮੰਗਾ ਮੰਨੋ ਅਸੀਂ ਵੀ ਜਾ ਕੇ ਆਪਦੇ ਜਵਾਕਾਂ ਦੇ ਵਿੱਚ ਬੈਠੇ ਨੇ ਇਹ ਸਾਰੇ ਜਿਹੜੇ ਘਰੋਂ ਬਾਹਰ ਚੱਲੇ ਹੋਏ ਆ ਸਾਰੇ ਵੀਰ ਆਪਦੇ ਬਾਪੂ ਸਾਡੇ ਬਜ਼ੁਰਗ ਸਾਡੀਆਂ ਘਰ ਦੀਆਂ ਰੌਣਕਾਂ ਅੱਜ ਜੇ ਅਸੀਂ ਸਾਰੇ ਇੱਥੇ ਬੈਠੇ ਆ ਤੇ ਸਾਡੇ ਪਰਿਵਾਰ ਆ ਜਿਹੜੇ ਉਹ ਪਿੱਛੇ ਕਿਤੇ ਨਾ ਕਿਤੇ ਇਹ ਚੀਜ਼ ਆ ਕਿ ਅਸੀਂ ਜੰਗ ਦੇ ਮੈਦਾਨ ਚ ਉੱਤਰੇ ਹੋਏ ਆ ਸਾਰੇ ਇਹ ਸਾਡੇ ਲਈ ਲੜਾਈ ਆ ਇੱਕ اچھا 2020 ਦਾ ਜਿਹੜਾ ਅੰਦੋਲਨ ਸੀ ਤੁਸੀਂ ਉੱਥੇ ਮੌਜੂਦ ਰਹੇ ਹੋ ਜਿੰਨਾ ਸਮਾਂ ਅੰਦੋਲਨ ਚੱਲਿਆ ਬਹੁਤ ਕਰੀਬ ਤੋਂ ਤੁਸੀਂ ਉਹ ਜਿਹੜਾ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ ਸੀ ਅਤੇ 2024 ਅੰਦੋਲਨ ਦੀ ਗੱਲ ਕਰੀਏ ਬੇਸ਼ੱਕ ਉਹਨਾਂ ਦੀ ਮਨਸ਼ਾ ਇਹ ਹੈ ਕਿ ਬਾਰਡਰ ਅਸੀਂ ਕਿਸਾਨਾਂ ਨੂੰ ਪਾਰ ਨਹੀਂ ਕਰਨ ਦੇਣਾ ਦੂਜੇ ਪਾਸੇ ਕਿਸਾਨਾਂ ਕੋ ਕਹਿ ਰਹੇ ਨੇ ਕਿ ਸਾਡੀ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਕਮੇਟੀ ਦਾ ਕਿਤੇ ਨਾ ਕਿਤੇ ਫੇਰ ਜ਼ਿਕਰ ਹੋਇਆ ਤੁਹਾਨੂੰ ਲੱਗਦਾ ਕਿ ਉਹ ਭਰੋਸਾ ਕੀਤਾ ਜਾ ਸਕਦਾ ਕਿਉਂਕਿ ਕਮੇਟੀ ਦਾ ਜ਼ਿਕਰ ਤਾਂ 2020 ਦੇ ਵਿੱਚ ਵੀ ਹੋਇਆ ਸੀ ਕਿ ਕਮੇਟੀ ਬਣਾ ਦਿੰਦੇ ਆ ਕੁਝ ਸਰਕਾਰ ਦੇ ਨੁਮਾਇੰਦੇ ਹੋਣਗੇ ਤੇ ਕੁ ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ ਇਹ ਤਾਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਸੇਮ ਹੀ ਹੋਇਆ ਸੀ ਪਰ ਇੱਕ ਚੀਜ਼ ਆ ਅਸੀਂ ਜਥੇਬੰਦੀਆਂ ਦੇ ਨਾਲ ਕਿਉਂਕਿ ਜੋ ਸਾਡੇ ਕਿਸਾਨ ਆਗੂ ਕਹਿਣਗੇ ਜੋ ਸਾਡੇ ਅੱਗੇ ਲੱਗ ਕੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ ਸਾਰਿਆਂ ਨੂੰ ਹਨ ਅਸੀਂ ਉਹਨਾਂ ਦੀ ਮੰਨਣੀ ਆ ਅਸੀਂ ਸਰਕਾਰ ਦੀ ਕੋਈ ਨਹੀਂ ਸੁਣਦੇ ਅਸੀਂ ਸਿਰਫ ਆਪਣੀਆਂ ਕਿਸਾਨ ਜਥੇਬੰਦੀਆਂ ਦੀ ਸੁਣਦੇ ਆ ਜੇ ਕਿਸਾਨ ਜਥੇਬੰਦੀਆਂ ਕਹਿਣਗੀਆਂ ਕਿ ਟੱਪਣਾ ਤੋੜਨਾ ਤਾਂ ਅਸੀਂ ਜਾਨ ਦੀ ਬਾਜ਼ੀ ਲਾ ਕੇ ਵੀ ਅੱਗੇ ਜਾਵਾਂਗੇ ਅਸੀਂ ਮੌਤ ਤੋਂ ਨਹੀਂ ਡਰਦੇ ਕਿਉਂਕਿ ਅਸੀਂ ਜਾਨ ਤਲੀ ਤੇ ਰੱਖ ਕੇ ਹੀ ਆਏ ਆ ਵੀ ਜੇ ਜਾਣਾ ਤਾਂ ਜਾਣਾ ਜੇ ਜਥੇਬੰਦੀਆਂ ਦਾ ਹੁਕਮ ਹੋਊਗਾ ਤਾਂ ਜਾਣਾ ਤੇ ਜਾਣਾ ਹੀ ਆ ਦਿੱਲੀ ਬਸ ਤਾਂ 2020 ਦੇ ਜੇਕਰ ਮੈਂ ਅੰਦੋਲਨ ਦੀ ਗੱਲ ਕਰਾਂ ਉਦੋਂ ਇੱਕ ਬੈਨਰ ਦੇ ਹੇਠ ਸਾਰੇ ਕਿਸਾਨ ਲੱਗੂ ਇਕੱਠੇ ਸੀ ਕਿਸਾਨ ਨੌਜਵਾਨ ਜਿਹੜੇ ਵੀਰ ਸੀ ਤਾਂ ਮਹਿਲਾਵਾਂ ਸੀ ਪੈਣਾ ਸੀ ਉਹ ਸਾਰੀਆਂ ਇਕੱਠੀਆਂ ਸੀ ਕਿ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਆ ਬੇਸ਼ੱਕ ਹੁਣ ਕੁਝ ਕਿਸਾਨ ਜਥੇਬੰਦੀਆਂ ਨਹੀਂ ਹੈਗੀਆਂ ਤੁਹਾਨੂੰ ਵੀ ਪਤਾ ਹੋਣਾ ਮੈਂ ਨਾਮ ਤਾਂ ਨਹੀਂ ਲਊਂਗਾ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪ੍ਰੈਸ਼ਰ ਸਰਕਾਰ ਤੇ 2020 ਦੇ ਵਿੱਚ ਕ੍ਰੀਏਟ ਕੀਤਾ ਸੀ ਉਹ ਤਾਂ ਅਲੱਗ-ਅਲੱਗ ਹੋ ਕੇ ਹੁਣ ਕੀਤਾ ਜਾ ਸਕਦਾ ਦੇਖੋ ਜਿਹੜੀਆਂ ਲੜਾਈਆਂ ਹੱਕਾਂ ਲਈ ਲੜੀਆਂ ਜਾਂਦੇ ਉਹਦੇ ਕਦੇ ਸਨੇਹੇ ਨਹੀਂ ਭੇਜੇ ਜਾਂਦੇ ਇੱਥੇ ਕੋਈ ਵਿਆਹ ਨਹੀਂ ਰੱਖਿਆ ਸੀ ਹਰ ਬੰਦੇ ਨੂੰ ਇਸ 13 ਤਰੀਕ ਦੀ ਕਾਲ ਸੀਗੀ ਸਭ ਨੂੰ ਕਿਸੇ ਨੂੰ ਰੋਕਿਆ ਨਹੀਂ ਗਿਆ ਕਿ ਤੁਸੀਂ ਨਹੀਂ ਆਉਣਾ ਜਾਂ ਤੁਸੀਂ ਨਹੀਂ ਆਉਣਾ ਪਿਛਲੀ ਵਾਰੀ ਵੀ ਸਾਂਝੀ ਲੜਾਈ ਸੀ ਤੇ ਇਸ ਵਾਰੀ ਵੀ ਸਾਂਝੀ ਲੜਾਈ ਆ ਸਰਕਾਰ ਤੇ ਪ੍ਰੈਸ਼ਰ ਪੂਰਾ ਹੈ ਇੱਥੇ ਬਹੁਤ ਇਕੱਠ ਹੈ ਭਾਰੀ ਮਾਤਰਾ ਚ ਸਰਕਾਰ ਝੁਕੀ ਹੋਈ ਆ ਸਰਕਾਰ ਕੋਈ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਨੂੰ ਡਰ ਨਹੀਂਗਾ ਸਰਕਾਰ ਝੁਕੀ ਹੋਈ ਹੈ ਅਗਰ ਸਰਕਾਰ ਡਰੀ ਨਾ ਹੁੰਦੀ ਤਾਂ ਇਦਾਂ ਦੇ ਬੈਰੀਕੇਟ ਆ ਜਿਹੜੇ ਜਿਹੜਾ ਇੱਥੇ ਪਾਕਿਸਤਾਨ ਬਾਰਡਰ ਬਣਾ ਰੱਖਿਆ ਸ਼ੰਭੂ ਬਾਰਡਰ ਨੂੰ ਉਹ ਨਹੀਂ ਸੀ ਹੁੰਦਾ ਗੇ ਸਰਕਾਰ ਡਰੀ ਨਾ ਹੁੰਦੀ ਸਰਕਾਰ ਡਰੀ ਹੋਈ ਹੈ ਪ੍ਰੈਸ਼ਰ ਹੈ ਸਰਕਾਰ ਤੇ ਪੂਰਾ ਸਰਕਾਰ ਨੇ ਦੁਬਾਰਾ ਜਿਹੜਾ ਟਾਈਮ ਮੰਗਿਆ ਐਤਵਾਰ ਦਾ ਕੋਈ ਗੱਲ ਨਹੀਂ ਜਥੇਬੰਦੀਆਂ ਦਾ ਅਸੀਂ बार-बार ਇਹੀ ਗੱਲ ਕਵਾਂਗੇ ਅਸੀਂ ਜਥੇਬੰਦੀਆਂ ਤੋਂ ਬਾਹਰ ਨਹੀਂ ਹੋ ਸਕਦੇ ਬਿਲਕੁਲ ਵੀ ਅਸੀਂ ਨੌਜਵਾਨਾਂ ਨੂੰ ਵੀ ਇਹੀ ਗੱਲ ਕਵਾਂਗੇ ਜੋ ਜਥੇਬੰਦੀਆਂ ਹੁਕਮ ਦਿੰਦੀਆਂ ਜੇ ਉਹਨਾਂ ਨੇ ਬੈਰੀਗੇਟਿੰਗ ਕੀਤੀ ਹੈ ਨਾ ਐਡੇ ਵੱਡਾ ਕੰਗਰ ਜਿਹੜੀਆਂ ਪੱਥਰ ਲਾ ਕੇ ਤਾਰਾਂ ਲਾ ਕੇ ਮੈਂ ਕਹਿੰਨੀ ਆ ਪਤਾ ਹੀ ਨਹੀਂ ਕੀ ਕੁਛ ਹੈ ਜਿੱਥੋਂ ਦੀ ਹਵਾ ਨਹੀਂ ਲੰਘ ਸਕਦੀ ਸਾਡੀਆਂ ਜਥੇਬੰਦੀਆਂ ਨੇ ਇੱਕ ਤਾਰ ਲਵਾਈ ਆ ਤੇ ਸਾਡੇ ਲੋਕ ਉੱਥੋਂ ਪਾਰ ਨਹੀਂ ਜਾ ਰਹੇ ਕਿਉਂਕਿ ਅਸੀਂ ਉਹਨਾਂ ਦੀ ਬਿਲਕੁਲ ਪਾਲਣਾ ਕਰਦੇ ਆ ਸਾਡੇ ਵੱਡੇ ਨੇ ਬਜ਼ੁਰਗ ਆ ਸਾਡੇ ਨਾਲ ਇੱਥੇ ਆ ਅਸੀਂ ਕਿਸੇ ਵੀ ਤਰ੍ਹਾਂ ਦਾ ਆਪਣੇ ਨੌਜਵਾਨਾਂ ਦਾ ਜਿਹੜਾ ਨੁਕਸਾਨ ਨਹੀਂ ਚਾਹੁੰਦੇ ਪਹਿਲਾਂ ਵੀ ਜਦੋਂ ਵੱਖ-ਵੱਖ ਮੁੱਦੇ ਹੁੰਦੇ ਨੇ ਧਰਨੇ ਹੁੰਦੇ ਨੇ ਫਿਰ ਚਾਹੇ ਕਿਸਾਨਾਂ ਦੀ ਗੱਲ ਕਰੀਏ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਵੀ ਜੋ ਤੁਸੀਂ ਉੱਥੇ ਧਰਨੇ ਦਿੱਤੇ ਨੇ ਤੁਸੀਂ ਹਮੇਸ਼ਾ ਖੁੱਲਕੇ ਬੋਲਦੇ ਨਜ਼ਰ ਆਇਓ ਕਿਸਾਨਾਂ ਗੋਆਂ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਜੇਕਰ ਹੁਣ ਪ੍ਰਸਤਾਵ ਜਿਹੜਾ ਕੇਂਦਰੀ ਮੰਤਰੀਆਂ ਦੇ ਵੱਲੋਂ ਇੱਕ ਵਾਰ ਫੇਰ ਕਮੇਟੀ ਦਾ ਦਿੱਤਾ ਜਾਂਦਾ ਯਕੀਨ ਕਰ ਸਕਦੇ ਹਾਂ ਕਿ ਕਿਉਂਕਿ 10-15 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੋਡ ਆਫ ਕੰਡਕਟ ਚੋਣਾਂ ਜ਼ਾਬਤਾ ਵੀ ਲੱਗ ਜਾਣਾ ਦੇਖੋ ਅਸੀਂ ਕੁਝ ਨਹੀਂ ਕਰ ਸਕਦੇ ਜਥੇਬੰਦੀ ਅਗਰ ਬਾਈਦਾਵੇਂ ਕਮੇਟੀ ਬਣਦੀ ਹੈ ਅਗਰ ਜਥੇਬੰਦੀਆਂ ਦੀ ਕਮੇਟੀ ਦੇ ਸਹਿਮਤੀ ਬਣਦੀ ਹੈ ਅਸੀਂ ਤਾਂ ਕਮੇਟੀ ਦੇ ਨਾਲ ਸਹਿਮਤ ਆ ਜੋ ਜਥੇਬੰਦੀਆਂ ਦੀ ਸਰਕਾਰ ਦੇ ਨਾਲ ਦੇਖੋ ਗੱਲ ਸਾਡੀ ਤਾਂ ਹੁੰਦੀ ਨਹੀਂ ਸਰਕਾਰ ਨਾਲ ਜਥੇਬੰਦੀਆਂ ਦੀ ਗੱਲ ਹੁੰਦੀ ਆ ਉਹਨਾਂ ਦੀ ਮੀਟਿੰਗ ਹੁੰਦੀ ਆ ਤਾਂ ਉਹਨਾਂ ਨੇ ਸਾਨੂੰ ਗਾਂ ਆਰਡਰ ਦੇਣਾ ਸਾਰਿਆਂ ਨੂੰ ਜੋ ਵੀ ਅਸੀਂ ਇੱਥੇ ਖੜੇ ਆ ਸਾਨੂੰ ਸਭ ਨੂੰ ਆਰਡਰ ਦੇਣਾ ਤੇ ਅਸੀਂ ਬਾਰ-ਬਾਰ ਹੀ ਇਹ ਗੱਲ ਕਹਿ ਰਹੇ ਆ ਜਥੇਬੰਦੀਆਂ ਦੀ ਗੱਲ ਹੁੰਦੀ ਹੈ ਸਰਕਾਰ ਬਾਰ-ਬਾਰ ਗੱਲ ਨੂੰ ਬੁਲਾ ਰਹੀ ਹੈ ਇਸੇ ਕਰਕੇ ਬੁਲਾ ਰਹੀ ਹੈ ਕਿਉਂਕਿ ਸਰਕਾਰ ਡਰੀ ਹੋਈ ਆ ਕਿਉਂਕਿ ਜੇ ਦਿੱਲੀ ਜਾ ਬੈਠ ਗਏ ਤਾਂ ਸਰਕਾਰ ਖਤਮ ਆ ਪਰ ਮੈਂ ਇੱਕ ਗੱਲ ਕਹਿਨੀ ਆ ਜਿਹੜੇ ਗੋਲੇ ਬਰੂਦ ਜਿਹੜੀਆਂ ਗੋਲੀਆਂ ਸਾਡੇ ਨੌਜਵਾਨਾਂ ਦੇ ਉੱਤੇ ਬੀਜੇਪੀ ਸਰਕਾਰ ਨੇ ਚਲਵਾਈਆਂ ਨੇ 2024 ਦੇ ਵਿੱਚ ਇਹੀ ਜਿਹੜੇ ਸਾਡੇ ਲੋਕ ਨੇ ਮੈਂ ਅਪੀਲ ਕਰੂੰਗੀ ਆਪਦੇ ਘਰਾਂ ਦੇ ਅੱਗੇ ਬੈਰੀਕੇਟ ਲਾ ਕੇ ਰੱਖਿਓ ਇਹਨਾਂ ਲੋਕਾਂ ਨੂੰ ਆਪਦੇ ਘਰਾਂ 'ਚ ਨਹੀਂ ਵੜਨ ਦੇਣਾ ਕਿਸੇ ਵੀ ਕੀਮਤ ਤੇ ਸੋ ਇਹ ਸੀ ਰਾਜਕੌਰ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਜਦੋਂ ਧਰਨੇ ਹੁੰਦੇ ਨੇ ਤਾਂ ਵੱਧ ਚੜ੍ਹ ਕੇ ਜਿਹੜੀ ਸ਼ਮੂਲੀਅਤ ਕੀਤੀ ਜਾਂਦੀ ਹੈ ਬੇਸ਼ੱਕ ਪਰਿਵਾਰ ਦੇ ਵਿੱਚ ਜਿਹੜੀ ਉਹਨਾਂ ਦੀ ਫੈਮਿਲੀ ਦੇ ਵਿੱਚ ਮਿਸ ਹੈਪਨਿੰਗ ਹੋਈ ਆ ਪਰ ਉਸ ਤੋਂ ਬਾਅਦ ਵੀ ਜਿਹੜਾ ਇੱਥੇ ਪਹੁੰਚੇ ਨੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਜੇਕਰ ਕਿਸਾਨ ਜਥੇਬੰਦੀ ਸਾਡੇ ਆਗੂਆਂ ਦੇ ਵੱਲੋਂ ਸਾਨੂੰ ਜਿਹੜਾ ਹੁਕਮ ਦਿੱਤਾ ਜਾਵੇਗਾ ਤਾਂ ਅਸੀਂ ਦਿੱਲੀ ਵੱਲ ਵੀ ਕੂਚ ਕਰਾਂਗੇ ਪਰ ਜੇਕਰ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਅਸੀਂ ਇੱਥੇ ਹੀ ਅਜੇ ਬੈਠਣਾ ਤਾਂ ਅਸੀਂ ਇੱਥੇ ਹੀ ਸਬਰ ਸਦਕ ਦੇ ਨਾਲ ਬੈਠ ਕੇ ਜਿਹੜਾ ਕੇਂ ਤਾ ਹੁਣ ਦੇਖਣਾ ਹੋਵੇਗਾ ਇੱਕ ਕੱਲ ਮੀਟਿੰਗ ਹੋਈ ਅਤੇ ਹੁਣ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਸ਼ਾਮ ਨੂੰ ਉਸ ਦੇ ਵਿੱਚ ਕੀ ਸਿਟਾ ਨਿਕਲੇਗਾ ਜਾਂ ਫਿਰ ਅਜੇ ਮੀਟਿੰਗਾਂ ਦਾ ਤੌਰੇ ਇਸੇ ਤਰ੍ਹਾਂ ਜਾਰੀ ਰਹੇਗਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੀ ਦੇ ਪੀ ਸਰਕਾਰ ਮਰਦਾਬਾ ਪੀ ਸਰਕਾਰ ਮਰਦਾਬਾ ਸੋਇਬ ਜੋ ਵੀਰਾਂ ਤੁਹਾਨੂੰ ਦਿਖਾਈਆਂ ਜੋ ਕਿ ਸ਼ੰਭੂ ਬੈਰੀਅਰ ਤੋਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਚੜ੍ਹਦੀ ਕਲਾ ਦੇ ਵਿੱਚ ਕਿ ਸਾਹਮਣੇ ਬੇਸ਼ੱਕ ਹੁੰਦਾ ਤੇ ਜਿਹੜਾ ਜ਼ੁਲਮ ਟਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਪਰ ਫਿਰ ਵੀ ਕਹਿ ਰਹੇ ਨੇ ਕਿ ਅਸੀਂ ਸਰਕਾਰ ਨੂੰ ਜਿਹੜਾ ਜਵਾਬ ਆ ਸਬਰ ਅਤੇ ਸਦਕ ਦੇ ਨਾਲ ਹੀ ਦੇਵਾਂਗੇ ਤਾਂ ਹੁਣ ਦੇਖਣਾ ਹੋਵੇਗਾ ਇੱਕ ਪਾਸੇ ਮੀਟਿੰਗਾਂ ਦਾ ਦੌਰ ਜਾਰੀ ਹੈ ਕਿ ਮੀਟਿੰਗਾਂ ਦੇ ਵਿੱਚ ਹੱਲ ਨਿਕਲੇਗਾ ਜਾਂ ਫਿਰ ਇਸੇ ਤਰੀਕੇ ਦੇ ਨਾਲ ਅਜੇ ਮੀਟਿੰਗਾਂ ਦਾ ਹੋਰ ਜਿਹੜੇ ਆ ਹੋਣਗੇ ਅਤੇ ਕਿਸਾਨਾਂ ਅਤੇ ਸਰਕਾਰ ਨੂੰ ਇੰਤਜ਼ਾਰ ਕਰਨਾ ਪਵੇਗਾ ਵੀਡੀਓ ਜਰਨਲਿਸਟ ਲਖਵਿੰਦਰ ਦੇ ਨਾਲ ਜਗਵਿੰਦਰ ਸਿੰਘ ਨਿਊਜ਼ ਓਨਲੀ ਸ਼ੰਭੂ ਬਾਰਡਰ